ਯਾਨੀ ਤੁਹਾਨੂੰ ਹੁਣ ਕੋਈ ਗਿਲਾ ਸ਼ਿਕਵਾ ਨਹੀਂ ਆਉਂਦਾ ਨਹੀਂ ਬਾਲ ਸਾਫ ਹੋ ਜਾਣ ਦੀ ਟੀਮ ਮੈਨੂੰ ਉਹਨਾਂ ਦੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਹੈਗਾ ਅਗਰ ਉਹ ਮੇਰੇ ਤੋਂ ਨਾਰਾਜ਼ ਨੇ ਤੇ ਉਹ ਮੈਨੂੰ ਮਾਫ ਕਰ ਦੇਣ ਅੱਲਾ ਅੱਲਾ ਖੈਰ ਸੱਲਾ ਹਾਲਾਂਕਿ ਇਹਨਾਂ ਨੇ ਮੇਰੇ ਘਰ ਵੀ ਇਹਨਾਂ ਨੇ ਫੋਨ ਕੀਤੇ ਨੇ ਮੇਰੀ ਵਾਈਫ ਨੂੰ ਵੀ ਪਰੇਸ਼ਾਨ ਇਹਨਾਂ ਨੇ ਕੀਤਾ ਉਹ ਉਹਨਾਂ ਨੇ ਮੇਰੇ ਘਰ ਫੋਨ ਕਰਕੇ ਉੱਥੇ ਚੀਕ ਝਿਆੜਾ ਪੈ ਗਿਆ ਮੇਰੀ ਵਾਈਫ ਨੇ ਰੋ ਰੋ ਬੁਰਾ ਹਾਲ ਕਰ ਲਿਆ ਬੱਬੂ ਰਾਣਾ ਭਾਈ ਮੇਰਾ ਉਹ ਇੰਨਾ ਪਰੇਸ਼ਾਨ ਹੋ ਗਿਆ ਨਾਲੇ ਬੱਬੂ ਰਾਣਾ ਜਿਹੜਾ ਹੈ ਉਹ ਮੇਰਾ ਛੋਟਾ ਪੁੱਤਰ ਪਹਿਲੋਂ ਹੈ ਆਫਤਾਬ ਸਾਹਿਬ ਦੀ ਟੀਮ ਦਾ ਬਾਅਦ ਦੇ ਵਿੱਚ ਉਹ ਜਦੋਂ ਆਫਤਾਬ ਸਾਹਿਬ ਦੇ ਕੋਲ ਗਿਆ ਤੇ ਇੱਕ ਛੋਟਾ ਜਿਹਾ ਬੱਚਾ ਬੱਬੂ ਰਾਣਾ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਉੱਥੋਂ ਉਹਨਾਂ ਨਾਲ ਇੰਨੇ ਧਰਮ ਦਾ ਹੋਇਆ ਇੰਨੇ ਧਰਮ ਦਾ ਹੋਇਆ ਤੇ ਉਹਨਾਂ ਦੇ ਨਾਲ ਕੋਈ ਇਹੋ ਜਿਹਾ ਵਾਕਿਆ ਹੋਇਆ ਤੇ ਉਹ ਕਹਿ ਰਹੇ ਆ ਨਾ ਸਮਾਨ ਉਹਦੇ ਨਾਲ ਕਿੰਨੇ ਚੁਕਵਾਇਆ ਤੁਸੀਂ ਮੈਨੂੰ ਫਨਕਾਰ ਤੋਂ ਇੱਕਦਮ ਸਮਗਲਰ ਟੈਪ ਬਣਾ ਰਹੇ ਯਾਨੀ ਮੈਂ ਕੋਈ ਅੱਲਾ ਮਾਫ਼ ਕਰੇ ਕੋਈ ਪਤਾ ਨਹੀਂ ਕਿਹੜਾ ਕੋਈ ਮਨਸ਼ੀਆਤ ਦੇ ਮੇਰੇ ਕੋਲ ਬੈਗ ਸੀ ਜਿਹੜੇ ਮੈਂ ਰਾਤੋਂ ਰਾਤ ਲੈ ਕੇ ਉੱਥੋਂ ਨਿਕਲਿਆ ਮੈਨੂੰ ਕਿਸੇ ਬੰਦੇ ਨੂੰ ਅਲਹਮਦੁਲਿਲਾ ਇੰਜ ਵੀ ਨਹੀਂ ਕਰਨਾ ਪਿਆ ਭਾਈਜਾਨ ਅਗਰ ਤਲੀਮ ਤੁਹਾਡੀ ਘੱਟ ਹੈਗੀ ਹੈ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਫਰਾਰ ਉਹ ਹੁੰਦਾ ਹੈ ਜਿਹੜਾ ਕੈਦੀ ਹੁੰਦਾ ਇਹ ਫਨਕਾਰ ਜਿਹੜਾ ਉਹ ਕੈਦੀ ਨਹੀਂ ਕਿਸੇ ਦਾ ਹੁੰਦਾ ਕਰੀ ਦਾ ਹੁੰਦਾ ਮੇਰੀ ਗੱਲ ਸੁਣੋ ਤੁਹਾਨੂੰ ਤਾਦਾ ਲਗਵਾ ਹੋਇਆ ਹੋਣਾ ਗੱਲ ਨੂੰ ਛਾਲੀ ਦਾ ਨਹੀਂ ਹੁੰਦਾ ਮੇਰੇ ਕੋਲ ਇੰਟਰਵਿਊ ਇੱਕ ਦੋ ਵਾਰੀ ਕਿਹਾ ਹੈ ਕਿ ਕਰਨਾ ਹੈ ਤੇ ਮੈਂ ਤੁਹਾਨੂੰ ਕਿਹਾ ਕਿ ਕਰ ਲੈਨੇ ਅੱਜ ਕਰ ਲੈਨੇ ਇੰਟਰਵਿਊ ਨਹੀਂ ਦੇ ਸਕਿਆ ਮੈਨੂੰ ਤਾਂ ਲੱਗ ਰਿਹਾ ਕਿ ਤੁਹਾਨੂੰ ਉਹ ਗੱਲ ਚੁਭੀ ਹੈ ਅਸਲਾਮ ਅਲੈਕੁਮ ਵੀਵਰਸ ਮੈਂ ਹੂੰ ਡਾਕਟਰ ਅਜਮਲ ਮਲਿਕ ਔਰ ਆਪ ਦੇਖ ਰਹੇ ਹੈ ਮੇਰਾ ਯੂਟਿਊਬ ਚੈਨਲ ਡਰਾਮੇਬਾਜ਼ੀਆਂ ਆਜ ਮੇਰੇ ਚੈਨਲ ਪਰ ਇੱਕ ਮਰਤਬਾ ਫਿਰ ਪਾਕਿਸਤਾਨ ਥੀਏਟਰ ਟੈਲੀਵਿਜ਼ਨ ਔਰ ਫਿਲਮ ਕੇ ਬੜੇ ਫਨਕਾਰ ਹਾਮਿਦ ਰੰਗੀਲਾ ਸਾਹਿਬ ਮੇਰੇ ਸਾਥ ਮੌਜੂਦ ਹੈ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਡਾਕਟਰ ਸਾਹਿਬ ਕੀ ਹਾਲ ਹੈ ਤੁਸੀਂ ਸੁਣਾਓ ਜਨਾਬ ਹਾਂ ਜਲਦੀ ਫਿਰ ਬੁਲਾ ਲਿਆ ਜੀ ਮੈਨੂੰ ਜਲਦੀ ਬੁਲਾਉਣਾ ਬੜਾ ਜ਼ਰੂਰੀ ਹੋ ਗਿਆ ਸੀ ਕਿਉਂ ਜ਼ਰੂਰੀ ਸੀ ਮੈਂ ਤੁਹਾਨੂੰ ਹੁਣੇ ਦੱਸਣਾ ਵਾ ਅੱਛਾ ਜੀ ਵਿਵਰਸ ਆਪਕੋ ਪਤਾ ਹੈ ਕਿ ਹਾਮਿਦ ਰੰਗੀਲਾ ਸਾਹਿਬ ਦੁਬਈ ਮੇਂ ਆਫਤਾਬ ਇਕਬਾਲ ਕੇ ਪ੍ਰੋਗਰਾਮ ਕਾ ਹਿੱਸਾ ਥੇ ਔਰ ਫਿਰ ਅਚਾਨਕ ਕਿਆ ਹੁਆ ਕਿ ਯੇ ਪ੍ਰੋਗਰਾਮ ਛੋੜ ਕਰ ਹਾਮਿਦ ਰੰਗੀਲਾ ਸਾਹਿਬ ਪਾਕਿਸਤਾਨ ਪਹੁੰਚ ਗਿਆ ਔਰ ਇਸ ਬਾਰੇ ਮੈਂ ਮੇਰੇ ਚੈਨਲ ਪਰ ਇਨਕਾ ਤਫਸੀਲੀ ਇੰਟਰਵਿਊ ਚੱਲ ਚੁੱਕਾ ਹੈ ਜਿਸ ਮੈਂ ਆਪਕੋ ਯੇ ਵਹਾਂ ਸੇ ਆਨੇ ਕੇ ਬਾਰੇ ਮੈਂ ਔਰ ਪ੍ਰੋਗਰਾਮ ਛੋੜਨੇ ਕੇ ਬਾਰੇ ਮੈਂ ਸਭ ਕੁਛ ਬਤਾ ਚੁੱਕੇ ਮਗਰ ਆਜ ਹੀ ਖਬਰਹਾਰ ਟੀਮ ਕੇ ਆਫਤਾਬ ਇਕਬਾਲ ਸਾਹਿਬ ਕੀ ਟੀਮ ਕੇ ਇੱਕ ਨੌਜਵਾਨ ਹੈ ਅਲੀ ਹਸਨ ਸ਼ਾਹ ਉਹਨੇ ਆਪਣੇ ਚੈਨਲ ਪਰ ਕੁਛ ਇਲਜ਼ਾਮਾਤ ਲਗਾਏ ਹੈ ਹਾਮਿਦ ਰੰਗੀਲਾ ਸਾਹਿਬ ਪਰ ਤੋ ਆਧੀ ਰਾਤ ਕੋ ਮੁਝੇ ਹਾਮਿਦ ਰੰਗੀਲਾ ਸਾਹਿਬ ਕੋ ਆਪਣੇ ਪਾਸ ਘਰ ਬੁਲਾਉਣਾ ਪੜਾ ਔਰ ਉਨਕੀ ਮਿਹਰਬਾਨੀ ਇਹ ਟਾਈਮ ਨਿਕਾਲ ਕਰ ਤਸ਼ਰੀਫ ਲੈ ਆਏ ਹਾਮਿਦ ਸਾਹਿਬ ਤੁਸੀਂ ਅਲੀ ਹਸਨ ਸ਼ਾਹ ਦਾ ਪ੍ਰੋਗਰਾਮ ਵੇਖਿਆ ਜਿਹੜਾ ਉਹਨੇ ਤੁਹਾਡੇ ਬਾਰੇ 'ਚ ਕੀਤਾ ਪ੍ਰੋਗਰਾਮ ਮੈਂ ਦੇਖਿਆ ਲੇਕਿਨ ਉਹ ਮੈਂ ਸਾਰਾ ਨਹੀਂ ਦੇਖਿਆ ਹੈਗਾ ਅੱਛਾ ਕਿਉਂਕਿ ਸ਼ੁਰੂਆਤ ਤੇ ਉਹਦੇ ਵਿੱਚ ਹੀ ਮੈਨੂੰ ਫੋਨ ਆ ਗਿਆ ਇੱਕ ਦੋਸਤ ਦਾ ਅੱਛਾ ਤੇ ਮੈਂ ਸੁਣਦਾ ਰਿਹਾ ਉਸ ਤੋਂ ਬਾਅਦ ਮੈਨੂੰ ਤੁਹਾਡਾ ਫੋਨ ਆਇਆ ਤੇ ਬਿਹਤਰ ਆ ਗਿਆ ਉਸ ਨੌਜਵਾਨ ਨੇ ਅਲੀ ਹਸਨ ਸ਼ਾਹ ਨੇ ਤੁਹਾਡੇ 'ਤੇ ਇਲਜ਼ਾਮ ਲਾਇਆ ਬਲਕਿ ਆਪਣੇ ਪ੍ਰੋਗਰਾਮ 'ਤੇ ਥੰਬ ਨੇ ਲਾਇਆ ਕਿ ਹਾਮਿਦ ਰੰਗੀਲਾ ਦੁਬਈ ਸੇ ਫਰਾਰ ਹੋ ਗਏ ਹਾਮਿਦ ਰੰਗੀਲਾ ਦੁਬਈ ਸੇ ਫਰਾਰ ਹੋ ਗਏ ਤੇ ਤੁਸੀਂ ਆਪਣਾ ਫਰਾਰ ਹੋ ਕੇ ਆਏ ਹੋ ਉੱਥੋਂ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਸ਼ਾਜੀ ਦੇ ਅਫਸੋਸ ਹੈ ਮੈਨੂੰ ਇਹ ਜਿਹੜੇ ਮੁਰਸ਼ਦ ਨੇ ਠੀਕ ਹੈ ਜੀ ਕਿ ਇੰਨੇ ਪੜ੍ਹੇ ਲਿਖੇ ਬੰਦੇ ਨੇ ਤੇ ਉਹ ਫਿਕਰਾਂ ਕਿਹੜਾ ਬੋਲ ਰਹੇ ਨੇ ਕਿ ਫਰਾਰ ਹੋ ਗਿਆ ਤੇ ਭਾਈ ਯਾਰ ਅਗਰ ਤਲੀਮ ਤੁਹਾਡੀ ਘੱਟ ਹੈਗੀ ਹੈ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਫਰਾਰ ਉਹ ਹੁੰਦਾ ਹੈ ਜਿਹੜਾ ਕੈਦੀ ਹੁੰਦਾ ਬਿਲਕੁਲ ਸਹੀ ਬਿਲਕੁਲ ਅਤੇ ਫਨਕਾਰ ਜਿਹੜਾ ਉਹ ਕੈਦੀ ਨਹੀਂ ਕਿਸੇ ਦਾ ਹੁੰਦਾ ਠੀਕ ਹੈ ਮੇਰਾ ਉੱਥੇ ਨਹੀਂ ਰੂਹ ਲੱਗਾ ਅਤੇ ਮੈਂ ਆ ਗਿਆ ਅਤੇ ਇੰਨੀ ਛੋਟੀ ਗੱਲ ਤੁਹਾਨੂੰ ਨਹੀਂ ਸੀ ਕਰਨੀ ਚਾਹੀਦੀ ਮੈਨੂੰ ਲੱਗ ਰਿਹਾ ਕਿ ਤੁਸੀਂ ਮੇਰੇ ਕੋਲ ਇੰਟਰਵਿਊ ਇੱਕ ਦੋ ਵਾਰੀ ਕਿਹਾ ਹੈ ਕਿ ਕਰਨਾ ਹੈ ਅਤੇ ਮੈਂ ਤੁਹਾਨੂੰ ਕਿਹਾ ਕਿ ਕਰ ਲੈਂਦੇ ਅੱਜ ਕਰ ਲੈਂਦੇ ਉਹ ਤੁਹਾਨੂੰ ਮਸਰੂਫੀਅਤ ਦਾ ਸਾਰੀ ਦਾ ਪਤਾ ਕਿ ਆਫਤਾਬ ਸਾਹਿਬ ਦੇ ਨਾਲ ਕੰਮ ਕਰਨ ਦੇ ਨਾਲ ਬੰਦੇ ਨੂੰ ਕਿੰਨੀ એનર્ਜੀ ਚਾਹੀਦੀ ਉਹ ਮੈਂ ਤੁਹਾਨੂੰ ਇੰਟਰਵਿਊ ਨਹੀਂ ਦੇ ਸਕਿਆ ਮੈਨੂੰ ਤਾਂ ਲੱਗ ਰਿਹਾ ਕਿ ਤੁਹਾਨੂੰ ਉਹ ਗੱਲ ਚੁਭੀ ਹੈ ਅੱਛਾ ਤੁਹਾਨੂੰ ਅਲੀ ਹਸਨ ਸ਼ਾਹ ਨੇ ਆਪਣੇ ਚੈਨਲ ਵਾਸਤੇ ਇੰਟਰਵਿਊ ਦਿੱਤੀ ਹੈ ਜੀ ਇਹਨਾਂ ਨੇ ਮੈਨੂੰ 2 ਤੋਂ 3 ਵਾਰੀ ਨਹੀਂ ਕਿੰਨੀ ਵਾਰੀ ਕਿਹਾ ਹੈ ਕਿ ਜ਼ੂਮ ਤੇ ਤੁਹਾਨੂੰ ਮੈਂ ਲੈਣਾ ਹੈ ਤੁਸੀਂ ਮੈਨੂੰ ਚੈਨਲ ਤੇ ਮੈਂ ਫਿਰ ਇਹਨਾਂ ਨੂੰ ਕਿਹਾ ਜੀ ਮੈਂ ਬੌਸ ਕੋਲ ਪੁੱਛ ਕੇ ਤੁਹਾਨੂੰ ਦੱਸਣਾ ਅੱਛਾ ਮੈਂ ਬੌਸ ਕੋਲ ਪੁੱਛਿਆ ਹੁਣ ਉਸਤਾਦ ਜੀ ਇੱਕ ਬੰਦਾ ਆਣ ਕੇ ਸਵੇਰ 10 ਵਜੇ ਸੌਂ ਰਿਹਾ ਹੈ ਹਾਂਜੀ ਅੱਗੋਂ ਉਹਨੇ ਸ਼ਾਮੀ 4 ਵਜੇ ਫੇਰ ਜਾਣਾ ਯਾਨੀ ਕਿ 10 ਤੋਂ 4 ਵਜੇ ਤੱਕ 6 ਘੰਟੇ ਦਾ ਫੇਰ ਉਹਨੇ ਜਾਣਾ ਇਸ ਟਾਈਮ ਦੇ ਵਿੱਚ ਮੈਂ ਕਿਹੜੇ ਟਾਈਮ ਉਹਦੇ ਨਾਲ ਜ਼ੂਮ ਤੇ ਆ ਜਾਂਦਾ ਜੀ ਅੱਛਾ ਇਹ ਉਹਨਾਂ ਨੇ ਚਲੋ ਇਸ ਚੀਜ਼ ਦਾ ਰੰਜ ਕੱਢਿਆ ਲੇਕਿਨ ਉਹਨਾਂ ਨੇ ਤੁਹਾਡੇ ਤੇ ਆਪਣੇ ਇਸੇ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਇਲਜ਼ਾਮ ਵੀ ਲਾਇਆ ਜੀ ਜੀ ਉਹਨਾਂ ਨੇ ਕਿਹਾ ਜੀ ਕਿ ਤੁਹਾਡਾ ਛੋਟਾ ਭਾਈ ਸਾਡਾ ਮਾਰੂਫ ਸੁਪਰ ਸਟਾਰ ਬੱਬੂ ਰਾਣਾ ਜਿਹੜਾ ਜੀ ਜੀ ਉਹ ਵੀ ਧਰਮ ਦਾ ਇਸ਼ੂ ਬਣਾ ਕੇ ਚਲਾ ਗਿਆ ਸੀ ਤੇ ਹੁਣ ਚੈਨਲ ਜਿਹੜੇ ਨਾ ਸਾਰੇ ਹਾਮਿਦ ਰੰਗੀਲਾ ਸਾਹਿਬ ਕੋਲ ਜਾਣਗੇ ਤੇ ਜੀ ਕਰੇ 5 ਦਿਰਮ ਦਾ ਜਿਹੜਾ ਨਾ ਜੀ ਉਹ ਇਸ਼ੂ ਬਣਾ ਲੈਣਗੇ 5 ਦਿਰਮ ਮੈਨੂੰ ਘੱਟ ਮਿਲੇ ਨੇ ਜਾਂ 5 ਦਿਰਮ ਫਾਲਤੂ ਚਾਹੁੰਦਾ ਸਾਂ ਮੈਂ ਜਾਂ ਕੋਈ 5 ਦਿਰਮ ਦਾ ਕੋਈ ਰੌਲਾ ਕੋਈ ਐਸਾ ਰੌਲਾ ਕੋਈ ਤੁਹਾਡਾ ਉਹਨਾਂ ਦੇ ਨਾਲ ਲੈਣ ਦੇਣ ਦਾ ਹੈ ਨਹੀਂ ਮੇਰਾ ਅਲਹਮਦੁਲਿਲਾ ਕੋਈ ਰੌਲਾ ਨਹੀਂ ਫਿਰ ਮੈਂ ਉਹਨਾਂ ਨੂੰ ਹੀ ਕਹਾਂਗਾ ਕਿ ਤੁਸੀਂ ਬੜੀ ਗੱਲ ਹੈ ਫਿਕਰੇ ਪਤਾ ਨਹੀਂ ਕਿੱਥੋਂ ਲੱਭਦੇ ਹੋ ਤੁਸੀਂ ਅਸੀਂ ਤਾਂ 30-35 ਸਾਲ ਹੋ ਗਏ ਕੰਮ ਕਰਦੇ ਹਾਂ ਸਾਨੂੰ ਇਹੋ ਜਿਹੇ ਫਿਕਰੇ ਹੀ ਨਹੀਂ ਕਹਿਣੇ ਆ ਜਿਹੜੇ ਤੁਸੀਂ ਕਹਿਣ ਡਏ ਹੋ ਤੁਹਾਡੀ ਇਤਲਾਹ ਲਈ ਅਰਜ਼ ਹੈ ਸਰ ਮੈਂ 30-35 ਸਾਲ ਤੋਂ ਇਸ ਫੀਲਡ ਦੇ ਵਿੱਚ ਕੰਮ ਕਰ ਰਿਹਾ ਠੀਕ ਹੈ
ਦਰਮਾ ਦੁਰਮਾ ਦਾ ਕੋਈ ਰੌਲਾ ਨਹੀਂ ਅਲਹਮਦੁਲਿਲਾ ਮੈਂ ਉੱਥੇ ਟੈਕਸੀ ਵੀ ਆਪਣੀ ਇਸਤੇਮਾਲ ਕੀਤੀ ਹੈ ਜਿਹੜਾ ਤੁਸੀਂ ਕਿਹਾ ਜੀ ਸਮਾਨ ਉਹਦੇ ਨਾਲ ਕਿੰਨੇ ਚੁਕਵਾਇਆ ਹੈ ਤੁਸੀਂ ਮੈਨੂੰ ਫਨਕਾਰ ਤੋਂ ਇੱਕਦਮ ਸਮਗਲਰ ਟੈਪ ਬਣਾ ਰਹੇ ਯਾਨੀ ਮੈਂ ਕੋਈ ਅੱਲਾ ਮਾਫ਼ ਕਰੇ ਕੋਈ ਪਤਾ ਨਹੀਂ ਕਿਹੜਾ ਕੋਈ ਮਨਸ਼ੀਆਤ ਦੇ ਮੇਰੇ ਕੋਲ ਬੈਗ ਸੀ ਜਿਹੜੇ ਮੈਂ ਰਾਤੋਂ ਰਾਤ ਲੈ ਕੇ ਉੱਥੋਂ ਨਿਕਲੇ ਆ ਮੈਨੂੰ ਕਿਸੇ ਬੰਦੇ ਨੂੰ ਅਲਹਮਦੁਲਿਲਾ ਇੰਝ ਵੀ ਨਹੀਂ ਕਰਨਾ ਪਿਆ ਟੈਕਸੀ ਵੀ ਮੈਂ ਆਪ ਕਰਾਈਏ ਇੱਥੋਂ ਪਾਕਿਸਤਾਨ ਤੋਂ ਮੈਂ ਟਿਕਟ ਕਰਵਾਈਏ ਮੇਰਾ ਇੱਥੇ ਮਿਲਣ ਵਾਲਾ ਬੰਦਾ ਹੈ ਠੀਕ ਹੈ ਜੀ ਅਤੇ ਮੈਂ ਉੱਥੋਂ ਆ ਗਿਆ ਇਹਦੇ 'ਚ ਕੋਈ ਫਰਾਰ ਹੋਣ ਵਾਲੀ ਇਹ ਫਿਕਰ ਆ ਤੁਹਾਨੂੰ ਫਰਾਰ ਮੈਨੂੰ ਲੱਗਦਾ ਪਤਾ ਹੀ ਨਹੀਂ ਤੁਹਾਨੂੰ ਜਾਂ ਤੁਸੀਂ ਕਿਤੇ ਵੇਲੇ ਗ੍ਰਿਫਤਾਰ ਹੋਵੋਗੇ ਫਿਰ ਤੁਸੀਂ ਦੌੜੋਗੇ ਉੱਥੋਂ ਤੁਸੀਂ ਤੁਹਾਨੂੰ ਉਦਣ ਸਮਝ ਲੱਗੇਗੀ ਕਿ ਹੈ ਗ੍ਰਿਫਤਾਰ ਜਦ ਤੁਹਾਨੂੰ ਹੁਣ ਉਹ ਇਸੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਬਾਰੇ 'ਚ ਇਹ ਵੀ ਕਿਹਾ ਗਿਆ ਕਿ ਹੁਣ ਪਾਕਿਸਤਾਨ ਪਹੁੰਚ ਗਏ ਨੇ ਅਤੇ ਉਹ ਗਾਇਬ ਨੇ ਹੁਣ ਤੱਕ ਮੰਜ਼ਰੇ ਆਮ 'ਤੇ ਨਹੀਂ ਆਏ ਨਹੀਂ ਨਹੀਂ ਇਹ ਮੇਰਾ ਦੂਸਰਾ ਇੰਟਰਵਿਊ ਇਹਨਾਂ ਦੇ ਚੈਨਲ ਤੋਂ ਹੈਗਾ ਗੈਬ ਮੈਂ ਕਦ ਲਈ ਹੋਣਾ ਵੀਵਰ ਮੈਂ ਅੱਲਾ ਮਾਫ਼ ਕਰੇ ਕੋਈ ਆਫਤਾਬ ਸਾਹਿਬ ਦੀ ਜੁੱਤੀ ਤਾਂ ਨਹੀਂ ਨਾ ਚੁੱਕ ਕੇ ਆ ਗਿਆ ਉੱਥੋਂ ਕਿ ਮੈਂ ਮਹਿੰਗੀ ਜੁੱਤੀ ਚੋਰੀ ਕਰ ਲਈ ਉਹਨਾਂ ਦੀ ਕਿਉਂਕਿ ਜੁੱਤੀਆਂ ਮਹਿੰਗੀਆਂ ਪਾਉਂਦੇ ਨੇ ਚੀਤੇ ਵਾਲੀ ਵੀ ਪਾਉਂਦੇ ਨੇ ਸੱਪ ਵਾਲੀ ਪਾਉਂਦੇ ਨੇ ਮਗਰਮੱਛ ਵਾਲੀ ਪਾਉਂਦੇ ਗਿਫਟ ਵੀ ਕਰਦੇ ਨੇ ਨਹੀਂ ਗਿਫਟ ਨਹੀਂ ਕਰਦੇ ਅੱਛਾ ਉਹ ਕਿਸੇ ਵੇਲੇ ਕਹਿੰਦੇ ਨੇ ਕਿ ਮੈਂ ਫਿਰ ਸੋਟੀ ਮੰਗਵਾਤਾ ਹਾਂ ਅੱਛਾ ਇਹ ਕਹਿੰਦੇ ਹੁੰਦੇ ਸੀ ਵਿੱਚ ਤੋ ਵੀਵਰਸ ਇਹ ਹਾਮਿਦ ਰੰਗੀਲਾ ਸਾਹਿਬ ਪਿਛਲੇ 24 ਘੰਟੋਂ ਮੇਂ ਸੇ ਦੂਸਰੀ ਮਰਤਬਾ ਮੇਰੇ ਚੈਨਲ ਪਰ ਮੌਜੂਦ ਹੈ ਹਾਮਿਦ ਰੰਗੀਲਾ ਸਾਹਿਬ ਕਹੀਂ ਫਰਾਰ ਨਹੀਂ ਹੈ ਹਾਂ ਮੇਰੇ ਕੁਛ ਨਾ ਮਾਮਲਾ ਥੇ ਮੇਰੇ ਘਰ ਕੇ ਵੀ ਮਾਮਲਾ ਥੇ ਮੇਰਾ ਜੋ ਛੋਟੇ ਵਾਲਾ ਬੱਚਾ ਹੈ ਨਾ ਉਹ ਗਲਤ ਸੋਬਤ ਮੇਂ ਬੈਠਣਾ ਸ਼ੁਰੂ ਹੋ ਗਿਆ ਥਾ ਤੋ ਮੁਝੇ ਉਸਕੀ ਟੈਨਸ਼ਨ ਥੀ ਠੀਕ ਅੱਛਾ ਅੱਛਾ ਤੋ ਮੈਨੇ ਕਹਾ ਕਿ ਅਗਰ ਮੈਂ ਉਰਦੂ ਕੋ ਮੁਕਾਦਲੀ ਬੋਲੀ ਜਾਣੇ ਮੈਂ ਸੋਚਿਆ ਕਿ ਅਗਰ ਮੈਂ ਆਫਤਾਬ ਸਾਹਿਬ ਨੂੰ ਕਵਾਂਗਾ ਨਾ ਉਹ ਇੱਕਦਮ ਹੈਪਰ ਹੋ ਜਾਣਗੇ ਉਹ ਮੈਨੂੰ ਕਹਿਣਗੇ ਤੂੰ ਕਿੱਥੇ ਜਾਣਾ ਸਹੀ ਮੈਂ ਇਸ ਲਈ ਮੈਂ ਔਰ ਜ਼ਿੰਦਗੀ ਦੇ ਵਿੱਚ ਮੈਂ ਬੜੇ ਫੈਸਲੇ ਜਿਹੜੇ ਨੇ ਉਹ ਭਾਵੇਂ ਮੈਨੂੰ ਨੁਕਸਾਨ ਹੋਵੇ ਭਾਵੇਂ ਫਾਇਦਾ ਹੋਵੇ ਜੀ ਜਿੱਥੇ ਮੇਰੀ ਰੂਹ ਨਾ ਡਾਕਟਰ ਸਾਹਿਬ ਲੱਗ ਰਹੀ ਹੋਵੇ ਮੈਂ ਕੰਮ ਨਹੀਂ ਕਰਦਾ ਮੈਂ ਉੱਥੋਂ ਨਹੀਂ ਕੰਮ ਨਹੀਂ ਕਰਨਾ ਜਾਂ ਜਿੱਥੇ ਵੀ ਚਲਾ ਗਏ ਠੀਕ ਹੈ ਮੇਰੀ ਅਗਰ ਰੂਹ ਨਹੀਂ ਲੱਗੀ ਤਾਂ ਮੈਂ ਉੱਥੋਂ ਫਰਾਰ ਹੀ ਲਾ ਲਓ ਭਾਜੀ ਤੁਹਾਡਾ ਨਾ ਫਰਾਰ ਕਿਉਂਕਿ ਤੁਹਾਨੂੰ ਵੀ ਤਾਂ ਵਿਊ ਚਾਹੀਦੇ ਨੇ ਨਾ ਅਤੇ ਫਰਾਰ ਮੈਂ ਉੱਥੋਂ ਹੋ ਜਾਂਦਾ ਹੁੰਦਾ ਮੈਂ ਫਿਰ ਮੈਂ ਨਹੀਂ ਰੁਕਦਾ ਸਹੀ ਅਤੇ ਬੱਬੂ ਰਾਣਾ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਉੱਥੋਂ ਉਹਨਾਂ ਨਾਲ ਇੰਨੇ ਧਰਮ ਦਾ ਹੋਇਆ ਇੰਨੇ ਧਰਮ ਦਾ ਹੋਇਆ ਅਤੇ ਉਹਨਾਂ ਦੇ ਨਾਲ ਕੋਈ ਇਹੋ ਜਿਹਾ ਵਾਕਿਆ ਹੋਇਆ ਤਾਂ ਉਹ ਕਹਿ ਰਹੇ ਆ ਨਾ ਨਾਲੇ ਬੱਬੂ ਰਾਣਾ ਜਿਹੜਾ ਹੈ ਉਹ ਮੇਰਾ ਛੋਟਾ ਪੁੱਤਰ ਪਹਿਲੋਂ ਹੈ ਆਫਤਾਬ ਸਾਹਿਬ ਦੀ ਟੀਮ ਦਾ ਬਾਅਦ ਦੇ ਵਿੱਚ ਬਿਲਕੁਲ ਸਹੀ ਠੀਕ ਹੈ ਉਹ ਜਦੋਂ ਆਫਤਾਬ ਸਾਹਿਬ ਦੇ ਕੋਲ ਗਿਆ ਤਾਂ ਇੱਕ ਛੋਟਾ ਜਿਹਾ ਬੱਚਾ ਸੀ ਬਿਲਕੁਲ ਠੀਕ ਹੈ ਉਹਨਾਂ ਦੇ ਨਾਲ ਉਹਨਾਂ ਦੇ ਗਿਲੇ ਜਿਹੜੇ ਨੇ ਉਹਨਾਂ ਦੇ ਆਪਣੇ ਉਹਦੇ 'ਚ ਮੈਂ ਕਦੀ ਕੋਈ ਇਹੋ ਜਿਹਾ ਇੰਟਰਵਿਊ ਨਹੀਂ ਦਿੱਤਾ ਅੱਛਾ ਹੁਣ ਇਹ ਵੀ ਕਿਹਾ ਗਿਆ ਕਿ ਤੁਸੀਂ ਜਿਹੜਾ ਨਾ ਜੀ ਮੁਖਤਲਿਫ ਚੈਨਲਸ ਨੂੰ ਹੁਣ ਇੱਥੇ ਇੰਟਰਵਿਊ ਦਿਓਗੇ ਅਤੇ ਉਹ ਚੈਨਲ ਵਾਲਿਆਂ ਨੂੰ ਦੱਸੋਗੇ ਜੀ ਮੇਰੇ ਨਾਲ ਉੱਥੇ ਇਹ ਜ਼ਿਆਦਤੀ ਹੋਈ ਮੇਰੇ ਨਾਲ ਇਹ ਜ਼ਿਆਦਤੀ ਹੋਈ ਮੇਰੀ ਫਲਾਂ ਜ਼ਿਆਦਤੀ ਹੋਈ ਉਹਨਾਂ ਦੇ ਕਹਿਣ ਦਾ ਮਤਲਬ ਹੈ ਹੁਣ ਹਾਮਦ ਸਾਹਿਬ ਸਾਡੇ 'ਤੇ ਇਲਜ਼ਾਮਾਤ ਲਾਣਗੇ ਕਿ ਇਹਨਾਂ ਨੇ ਮੇਰੇ ਨਾਲ ਫਲਾਂ ਫਲਾਂ ਜਗ੍ਹਾ 'ਤੇ ਮਿਹਨਤ ਕੀਤੀ ਇਸ ਵਜ੍ਹਾ ਤੋਂ ਮੈਂ ਆ ਗਿਆ ਇਹਦੇ ਕੋਈ ਕੋਈ ਹਕੀਕਤ ਡਾਕਟਰ ਸਾਹਿਬ ਉਹਨਾਂ ਨੇ ਕੋਈ 9 ਦਿਨ ਮੈਨੂੰ ਬੰਨੀ ਰੱਖਿਆ ਉੱਥੇ ਠੀਕ ਹੈ ਜਾਂ 7ਵੇਂ ਦਿਨ ਉਹਨਾਂ ਨੇ ਮੇਰੇ ਸਿਰ 'ਤੇ ਠੰਡਾ ਪਾਣੀ ਪਾਇਆ ਕੋਈ ਠੀਕ ਹੈ ਮੈਨੂੰ ਕਿਸੇ ਨਾਲ ਕੋਈ ਗਿਲਾ ਨਹੀਂ ਹੈਗਾ ਸਹੀ ਠੀਕ ਹੈ ਬਸ ਫਨਕਾਰ ਦਾ ਮੂਡ ਹੁੰਦਾ ਬਿਲਕੁਲ ਸਹੀ ਬਿਲਕੁਲ ਸਹੀ ਅਤੇ ਜੇ ਫਨਕਾਰ ਦਾ ਮੂਡ ਨਹੀਂ ਹੈਗਾ ਕੰਮ ਕਰਨ ਦਾ ਤਾਂ ਉਹ ਨਹੀਂ ਕਰਦਾ ਫਿਰ ਇਸ ਲਈ ਮੇਰਾ ਉੱਥੇ ਦਿਲ ਨਹੀਂ ਲੱਗਾ ਕੋਈ ਮਾਮਲਾਤ ਕਰਦੇ ਸੀ ਵੀ ਠੀਕ ਹੈ ਹਾਲਾਂਕਿ ਇਹਨਾਂ ਨੇ ਮੇਰੇ ਘਰ ਵੀ ਇਹਨਾਂ ਨੇ ਫੋਨ ਕੀਤੇ ਨੇ ਮੇਰੀ ਵਾਈਫ ਨੂੰ ਵੀ ਪਰੇਸ਼ਾਨ ਇਹਨਾਂ ਨੇ ਕੀਤਾ ਅੱਛਾ ਉਹ ਮੇਰੀ ਵੀ ਗਲਤੀ ਹੈ ਕਿਉਂਕਿ ਉਸਤਾਦ ਜੀ ਤੁਹਾਨੂੰ ਪਤਾ ਜਹਾਜ਼ 'ਚ ਫੋਨ ਬੰਦ ਹੋ ਜਾਂਦਾ ਬੰਦ ਹੋ ਜਾਂਦਾ ਸਹੀ ਬਿਲਕੁਲ ਉਹ ਮੇਰਾ ਫੋਨ ਬੰਦ ਮੈਂ ਸਰਪ੍ਰਾਈਜ਼ ਦੇਣ ਦੇ ਚੱਕਰਾਂ ਦੇ ਵਿੱਚ ਘਰ ਦੇ ਤੇ ਉਹ ਜਿੰਨੀ ਦੇਰ ਤੁਸੀਂ ਫਲਾਈਟ 'ਚ ਹੋ ਉਹ ਉਧਰ ਫੋਨ ਕਰ ਰਹੇ ਉਹਨਾਂ ਨੇ ਮੇਰੇ ਘਰ ਫੋਨ ਕਰਕੇ ਉੱਥੇ ਚੀਕ ਝਿਆੜਾ ਪੈ ਗਿਆ ਮੇਰੀ ਵਾਈਫ ਨੇ ਰੋ ਰੋ ਬੁਰਾ ਹਾਲ ਕਰ ਲਿਆ ਬੱਬੂ ਰਾਣਾ ਭਾਈ ਮੇਰਾ ਉਹ ਇੰਨਾ ਪਰੇਸ਼ਾਨ ਹੋ ਗਿਆ ਅਸੀਬ ਸਾਹਿਬ ਇੰਨਾ ਪਰੇਸ਼ਾਨ ਸਾਰੀ ਦੁਨੀਆ ਪਰੇਸ਼ਾਨ ਹੋ ਗਈ ਅੱਛਾ ਮੈਨੂੰ ਪਾਗਲ ਲਾ ਲਓ ਤੁਸੀਂ ਜਾਹਿਲ ਲਾ ਲਓ ਕੁਛ ਵੀ ਲਾ ਲਓ ਜੋ ਮੇਰੇ ਜ਼ਿਹਨ ਨੇ ਕੀਤਾ ਮੰਨਿਆ ਮੈਂ ਆਪਣਾ ਅੰਦਰ ਲਿਆ ਜੀ ਮੈਂ ਜ਼ਿੰਦਗੀ ਦੇ ਵਿੱਚ ਅਲਹਮਦੁਲਿਲਾ ਉਸਤਾਦ ਜੀ ਜੀ ਇਹ 5ਵਾਂ ਚੈਨਲ ਮੈਂ ਕੰਮ ਕੀਤਾ ਅੱਛਾ ਸ਼ੁਕਰ ਹੈ ਮਾਲਕ ਦਾ ਮੈਨੂੰ ਅੱਜ ਤੱਕ ਕਿਸੇ ਬੰਦੇ ਨੇ ਇਹ ਨਹੀਂ ਕਿਹਾ ਤੇਰੀ ਜ਼ਰੂਰਤ ਨਹੀਂ ਹੈ ਮੈਂ ਆਪੇ ਹੀ ਆਇਆ ਬਿਲਕੁਲ ਠੀਕ 5 ਚੈਨਲਾਂ ਦੀ ਹਿਸਟਰੀ ਕੱਢ ਕੇ ਦੇਖ ਕਦੀ ਕਿਸੇ ਨੇ ਤੁਹਾਨੂੰ ਜਵਾਬ ਨਹੀਂ ਦਿੱਤਾ ਕੰਮ ਤੋਂ ਤੁਸੀਂ ਆਪਣੀ ਮਰਜ਼ੀ ਨਾਲ ਛੱਡ ਗਏ ਮੈਨੂੰ ਜਦੋਂ ਗਹਿਰਾ ਤੰਗ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਨਾ ਤੇ ਮੈਂ ਆਰਟਿਸਟ ਹੈਗਾ ਫਨਕਾਰ ਹਾਂ ਮੈਂ ਉਹ ਨਹੀਂ ਹੈਗਾ ਕਿ ਮਤਲਬ ਕਿ ਹੋਰ ਕੰਮ ਵੀ ਕੋਈ ਕਰ ਲਏਗਾ ਮੇਰੇ ਕੋਲ ਕੰਮ ਹੀ ਇਹ ਹੈਗਾ ਸਹੀ ਤੇ ਇਹ ਫਰੈਸ਼ ਨਹੀਂ ਹੋਏਗਾ ਤਾਂ ਤੁਸੀਂ ਕੱਖ ਨਹੀਂ ਕਰ ਸਕੋ ਬਿਲਕੁਲ ਸਹੀ ਬਿਲਕੁਲ ਸਹੀ ਬਿਲਕੁਲ ਤੇ ਸਟੇ ਮੈਂ ਬੁਰਾ ਨਹੀਂ ਕਹਿ ਰਿਹਾ ਹਾਂਜੀ ਠੀਕ ਹੈ ਸਾਰੇ ਚੈਨਲ ਨਹੀਂ ਇੰਜ ਦੇ ਹੈਗੇ ਚੈਨਲ ਜਿਹੜੇ ਨੇ ਨਾ ਪਲੀਜ਼ ਤੁਹਾਡੀ ਮਿਹਰਬਾਨੀ ਹੈ ਤੁਹਾਨੂੰ ਹੁਣ ਮੈਂ ਛੋਟੀ ਜਿਹੀ ਮਿਸਾਲ ਦੇ ਦਿੰਦਾ ਤੁਸੀਂ ਸਾਰੀ ਦਿਹਾੜੀ ਬਾਦ ਨੂੰ ਬੰਨੇ ਹੈ ਤੇ ਜਦੋਂ ਉਹਨੇ ਸੌਣ ਦਾ ਟਾਈਮ ਹੈ ਤੇ ਤੁਸੀਂ ਉਹਨੂੰ ਕਹਿੰਦੇ ਉਡਾਰੀ ਭਰ ਭਰੇਗਾ ਇਹ ਸ਼ਿਕਾਇਤ ਜਿਹੜੀ ਹੈ ਨਾ ਜੀ ਪਾਣੀ ਵੀ ਉਹਦੇ ਅੱਗੇ ਪਿਆ ਹੈ ਖਾਣਾ ਵੀ ਪਿਆ ਹੈ ਹਰ ਆਰਟਿਸਟ ਨੂੰ ਹੈ ਜੀ 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 ਹਰ ਆਰਟਿਸਟ ਨੂੰ ਉਹ ਸ਼ੋਅ ਤੇ ਗਿਆ ਹੈ 12 ਵਜੇ ਦਾ ਕਾਲ ਟਾਈਮ ਹੈ 1 ਵਜੇ ਪਹੁੰਚਿਆ ਉਸ ਵੇਲੇ ਫਰੈਸ਼ ਹੈ ਕੰਮ ਦਾ ਫੁੱਲ ਮੂਡ ਹੈ ਫਲਾਂ ਸਾਹਿਬ ਨਹੀਂ ਆ ਰਿਹਾ ਫਲਾਂ ਮਹਿਮਾਨ ਨਹੀਂ
ਤੇ 1 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਮਹਿਮਾਨ ਆਇਆ ਉਸ ਵੇਲੇ ਤੱਕ ਐਕਟਰ ਦੀ એનર્ਜੀ ਜਿਹੜੀ ਹੈ ਨਾ ਉਹ ਖਤਮ ਸਟੇਜ ਦੀ ਦੁਨੀਆ ਦੇ ਬੰਦੇ ਕੋਲੋਂ ਕੰਮ ਲੈਣਾ ਇਹਨਾਂ ਤੇ ਤੁਸੀਂ ਉਹਦੇ ਕੋਲ ਤਾਜ਼ਾ ਜਾਂਦੇ ਆ ਲੈਣਾ ਤਾਜ਼ਾ ਤਾਜ਼ਾ ਕਿਉਂਕਿ ਦਿਨੇ ਇਹਨਾਂ ਦਾ ਜ਼ਿਹਨ ਨਹੀਂ ਚੱਲਦਾ ਬਿਲਕੁਲ ਸਹੀ ਇਹਨਾਂ ਦਾ ਜ਼ਿਹਨ ਚੱਲਦਾ ਲੈਟਾਂ ਯਾਨੀ ਤੁਹਾਨੂੰ ਹੁਣ ਕੋਈ ਗਿਲਾ ਸ਼ਿਕਵਾ ਨਹੀਂ ਆਪਾਂ ਦੀ ਬਾਲ ਸਾਫ ਨਹੀਂ ਉਹਨਾਂ ਦੀ ਟੀਮ ਮੈਨੂੰ ਉਹਨਾਂ ਦੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਹੈਗਾ ਅਗਰ ਉਹ ਮੇਰੇ ਤੋਂ ਨਾਰਾਜ਼ ਨੇ ਤੇ ਉਹ ਮੈਨੂੰ ਮਾਫ ਕਰ ਦੇਣ ਅੱਲਾ ਖੈਰ ਸੱਲਾ ਹੋਰ ਕੋਈ ਐਸੀ ਗੱਲ ਨਹੀਂ ਅੱਛਾ ਕਰਨਾ ਨਹੀਂ ਕਰਨਾ ਕੰਮ ਇਹ ਮੈਨੂੰ ਨਹੀਂ ਪਤਾ ਇਹ ਅੱਲਾ ਨੂੰ ਪਤਾ ਹੈ ਉੱਥੇ ਕਿੰਨੇ 4 ਮਹੀਨੇ ਰਹੇ ਹੋ ਜੀ ਮੈਂ ਉੱਥੇ ਰਿਹਾ ਜਨਾਬ 3 ਮਹੀਨੇ ਤੇ 18 ਦਿਨ 3 ਮਹੀਨੇ 18 ਦਿਨ 20 ਤਰੀਕ ਨੂੰ ਮੇਰਾ ਹੋ ਜਾਣਾ ਸੀ ਉੱਥੇ ਆਪਣਾ ਵੀਜ਼ਾ ਖਤਮ ਹੋ ਜਾਣਾ ਸੀ ਅੱਛਾ ਤੇ ਫਿਰ ਜ਼ਾਹਰੀ ਗੱਲ ਉਹਨਾਂ ਨੇ ਨਵਾਂ ਲਵਾਉਣਾ ਸੀ ਹਾਂ ਬਿਲਕੁਲ ਸਹੀ ਤੇ ਮੈਨੂੰ ਇਹ ਵੀ ਇੱਕ ਤਲਵਾਰ ਲਟਕਦੀ ਨਜ਼ਰ ਆ ਰਹੀ ਸੀ ਅੱਛਾ ਮੈਂ ਕੀ ਪੁੱਛ ਰਿਹਾ ਜੀ ਜੀ ਮੈਂ ਪੁੱਛ ਰਿਹਾ ਵੀ ਤੁਸੀਂ 3 ਮਹੀਨੇ 18 ਦਿਨ ਉੱਥੇ ਰਹੇ ਜੀ ਜੀ ਤੇ ਉੱਥੇ ਦੇ ਕਲੱਬ ਵੀ ਬੜੇ ਨੇ ਤੇ ਕੀ ਕਲੱਬ ਚਲਾ ਵਿੱਚ ਇੰਜੋਏ ਕਰਨ ਵੀ ਗਏ ਸੋ ਲਓ ਸਾਹ ਜੀ ਇਹ ਵੀ ਸੁਣ ਲਓ ਕਲੱਬ ਦੇ ਵਿੱਚ ਅਸੀਂ ਬੜੇ ਆ ਸਾਰੀਆਂ ਜਾਣ ਰਹੀਆਂ ਜਾਣਾਂ ਲਈ ਉਹ ਸਾਰੀਆਂ ਜਾਣਾਂ ਨਾ ਕੀ ਗੋਡਿਆਂ ਨੂੰ ਹੱਥ ਲਾ ਕੇ ਮਿਲਣਾ ਜਿਹੜੀ ਹੋ ਗਈ ਹੁਣ ਉਹ ਤੇ ਡਾਂਸ ਰੋ ਗਿਆ ਉੱਥੇ ਕੇ ਅੱਛਾ ਤੇ ਤੁਹਾਡਾ ਤਮਾਸ਼ਬੀਨ ਮਰ ਗਿਆ ਤੇ ਉਹ ਬਲੀਗ ਜਾਗ ਪਿਆ ਉਹ ਵੀ ਮਰ ਰਿਹਾ ਅੰਦਰੋਂ ਮੈਂ ਕਹਿ ਰਿਹਾ ਯਾਰ ਇਧਰ ਇੱਕ ਬੰਦਾ ਪਤਾ ਨਹੀਂ ਮੂਵੀ ਬਣਾ ਰਿਹਾ ਫਿਰ ਮੈਂ ਮਾਸਕ ਲਾ ਲਿਆ ਜੀ ਵੀਵਰਸ ਤੋਂ ਜੋ ਇਲਜ਼ਾਮਾਤ ਇੱਕ ਪ੍ਰੋਗਰਾਮ ਵਿੱਚ ਜੋ ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ ਲਗਾਈ ਗਏ ਨੇ ਗੱਲ ਸੁਣੋ ਤੁਹਾਨੂੰ ਤਾਜ਼ਾ ਲਗਭਾ ਹੋਇਆ ਹੋਣਾ ਮੈਂ ਤੁਹਾਡੇ ਦੀ ਦੁਆ ਗੋਆ ਫਿਰ ਵੀ ਅੱਲਾ ਪਾਕ ਗੱਲ ਨੂੰ ਛਾਲੀਦਾ ਨਹੀਂ ਹੁੰਦਾ ਅੱਲਾ ਪਾਕ ਯਾ ਮੈਂ ਕਿਸੇ ਵੇਲੇ ਤੁਹਾਨੂੰ ਨਾ ਕਿਤੇ ਦੂਰ ਲਿਜਾ ਕੇ ਤਾੜ ਦੇਣਾ 15 ਦਿਨਾਂ ਬਾਅਦ ਜੇ ਤੁਸੀਂ ਉਤੋਂ ਫਰਾਰ ਨਹੀਂ ਹਰਾਰ ਹੋ ਜਾਓਗੇ ਬਹੁਤ ਸ਼ੁਕਰੀਆ ਵੀਵਰਸ ਹਾਮਿਦ ਰੰਗੀਲਾ ਸਾਹਿਬ ਕੀ ਖੂਬਸੂਰਤ ਬਾਤیں ਔਰ ਖੂਬਸੂਰਤ ਹਕਾਇਕ ਜੋ ਹੈ ਉਹ ਸਾਹਮਣੇ ਆਏ ਔਰ ਜੋ ਪਬਲਿਕ ਜਾਨਣਾ ਚਾਹਤੀ ਹੈ ਹਮ ਆਪਣੇ ਚੈਨਲ ਪਰ ਉਹ ਸਭ ਕੁਝ ਮੁਹੱਈਆ ਕਰਤੇ ਹੈ ਹਾਮਿਦ ਰੰਗੀਲਾ ਸਾਹਿਬ ਕੇ ਬਾਰੇ ਮੈਂ ਪਬਲਿਕ ਜਾਨਣਾ ਚਾਹਤੀ ਥੀ ਕਿ ਕਹਾਂ ਫਰਾਰ ਹੋ ਗਿਆ ਔਰ ਕਹਾਂ ਗਾਇਬ ਹੋ ਗਿਆ ਔਰ ਰਾਬਤਾ ਕਿਉਂ ਨਹੀਂ ਹੋ ਰਿਹਾ ਤੋ ਹਾਮਿਦ ਰੰਗੀਲਾ ਸਾਹਿਬ ਨੇ ਇਨ ਤਮਾਮ ਸਵਾਲੋਂ ਕੇ ਖੂਬਸੂਰਤ ਜਵਾਬ ਦੇ ਕਰ ਆਪਕੋ ਆਪਣੇ ਬਾਰੇ ਮੈਂ ਮੁਕੰਮਲ ਆਗਾਹੀ ਦੇ ਦੀ ਹੈ ਆਪਣਾ ਬਹੁਤ ਸਾਰਾ ਖਿਆਲ ਰੱਖੀਏ ਦੁਬਾਰਾ ਮੁਲਾਕਾਤ ਹੋਗੀ ਇਜਾਜ਼ਤ ਦੇ ਅੱਲਾ ਹਾਫਿਜ਼